ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਸੀ ਕਿਉਂਕਿ ਬੜਾ ਪੰਜਾਬ 'ਚ ਇਹ ਮੁੱਦਾ ਬੜਾ ਗੰਭੀਰ ਚੱਲਦਾ ਹੈ ਕਿ ਉਹਦੇ ਤੇ ਆਪਾਂ ਬਾਅਦ 'ਚ ਜਾਂਦੇ ਹਾਂ ਪਰ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਜਦੋਂ ਪੰਜਾਬ 'ਚ ਖਾੜਕੂ ਲਹਿਰ ਉਹ ਇੱਕ ਰੈਵੋਲੂਸ਼ਨ ਸੀ ਜ਼ੁਲਮ ਤੇ ਜ਼ਬਰ ਨਾਲ ਇਹਨਾਂ ਨੇ ਦੱਬ ਲਈ ਬੰਦ ਕਰਤੀ ਇਹਨਾਂ ਨੇ ਸਟੇਟ ਨੇ ਜਾਂ ਇਹ ਕਹਿ ਲਓ ਵੀ ਉਸ ਟਾਈਮ ਦੀ ਸਰਕਾਰ ਨੇ ਬੜੇ ਜ਼ੁਲਮ ਕੀਤੇ ਬੜੇ ਲੋਕਾਂ ਨੂੰ ਬੜੇ ਸਾਡੇ ਜਿਹੜੇ ਨੌਜਵਾਨ ਸੀ ਸਿੱਖ ਨੌਜਵਾਨ ਵੀ ਸੀ ਉਹਨਾਂ ਨੂੰ ਮਾਰਿਆ ਅਤੇ ਉਸ ਜ਼ੁਲਮ ਨਾਲ ਖਾੜਕੂ ਲਹਿਰ ਇੱਕ ਤਾਂ ਜ਼ੁਲਮ ਜਰ ਅਤੇ ਜ਼ਬਰ ਨਾਲ ਬੰਦ ਹੋਇਆ ਦੂਜਾ ਉਹਦੇ ਲਈ ਇੱਕ ਹੋਰ ਸਕੀਮ ਘੜੀ ਗਈ ਜਦੋਂ ਉਹਨੂੰ ਓਪਰੇਸ਼ਨ ਨਾਈਟ ਡੋਮੀਨੈਂਸ ਦਾ ਨਾਂ ਦਿੱਤਾ ਗਿਆ ਜਦੋਂ ਕੇ ਪੀ ਐੱਸ ਗਿੱਲ ਸਾਡਾ ਪੁਲਿਸ ਦਾ ਮੁਖੀ ਬਣ ਕੇ ਪੰਜਾਬ 'ਚ ਆਇਆ ਤਾਂ ਉਸ ਟਾਈਮ ਉਹਨੇ ਇੱਕ ਹੋਰ ਮੁਹਿੰਮ ਚਲਾਈ ਜਿਹਨੂੰ ਓਪਰੇਸ਼ਨ ਨਾਈਟ ਡੋਮੀਨੈਂਸ ਦਾ ਨਾਂ ਦਿੱਤਾ ਗਿਆ ਕਿਉਂਕਿ ਉਸ ਵੇਲੇ ਇਹ ਸੀ ਵੀ ਦਿਨੇ ਸਰਕਾਰ ਦਾ ਜਾਂ ਪੁਲਿਸ ਦਾ ਰਾਜ ਹੁੰਦਾ ਸੀ ਅਤੇ ਰਾਤ ਨੂੰ ਖਾੜਕੂਆਂ ਦਾ ਰਾਜ ਹੁੰਦਾ ਸੀ ਸੋ ਇਹਨਾਂ ਨੇ ਕੀ ਕੀਤਾ ਬੜੀ ਗਿਣੀ ਮਿਥੀ ਜਿਹੜੀ ਸਾਜਿਸ਼ ਉਸ ਦੇ ਅਧੀਨ ਰਾਤ ਨੂੰ ਸੱਭਿਆਚਾਰ ਦੇ ਨਾਂ 'ਤੇ ਪੰਜਾਬੀ ਸੱਭਿਆਚਾਰ ਦੇ ਨਾਂ 'ਤੇ ਪ੍ਰੋਗਰਾਮ ਕਰਾਉਣੇ ਸ਼ੁਰੂ ਕਰਤੇ ਕਲਚਰਲ ਪ੍ਰੋਗਰਾਮ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਜਿਹਦੇ 'ਚ ਇਹਨਾਂ ਨੇ ਉਸ ਟਾਈਮ 'ਚ ਚੱਲ ਰਹੇ ਸਿੰਗਰਸ ਨੂੰ ਬੁਲਾਉਣਾ ਅਤੇ ਉਹਨਾਂ ਤੋਂ ਗਵਾਉਣਾ ਉੱਥੋਂ ਉੱਥੇ ਸੁਸਾਈ ਆਪਣੇ ਪੰਜਾਬ ਸਮਾਜ ਦੇ ਅਲੀਟ ਨੂੰ ਵੀ ਲੈ ਕੇ ਜਾਣਾ ਅਤੇ ਅਲੀਟ ਜਦੋਂ ਆਪਾਂ ਗੱਲ ਕਰਦੇ ਹਾਂ ਅਤੇ ਅਲੀਟ ਦੇ ਉਹ ਸਾਰੀ ਫੈਮਿਲੀ ਨੂੰ ਵੀ ਨਾਲ ਲੈ ਕੇ ਜਾਣਾ ਉਹਨਾਂ ਦੀਆਂ ਲੇਡੀਜ਼ ਨੇ ਸੂਟ ਬੂਟ ਪਾ ਕੇ ਤਿਆਰ ਵਿਆਰ ਹੋ ਕੇ ਉੱਥੇ ਪਹੁੰਚ ਜਾਣਾ ਅਤੇ ਉਹ ਇੱਕ ਸੋਸ਼ਲ ਸਟੈਟਸ ਜਾਂ ਇੱਕ ਤੁਸੀਂ ਇਹ ਕਹਿ ਲਓ ਸਟੈਟਸ ਸਿੰਬਲ ਸਮਝਿਆ ਜਾਣ ਲੱਗ ਪਿਆ ਅਤੇ ਇਹ ਇੱਕ ਗਿਣੀ ਮਿਥੀ ਸਾਜਿਸ਼ ਦੇ ਅਧੀਨ ਹੋਣ ਲੱਗ ਗਿਆ ਉਸ ਵੇਲੇ ਗੁਰਦਾਸ ਮਾਨ ਸਾਹਿਬ ਸਰਦੂਲ ਸਿਕੰਦਰ ਹੰਸ ਰਾਜ ਹੰਸ ਜਾਂ ਹੋਰ ਜਿਹੜੇ ਸਿੰਗਰ ਸੀ ਇਹਨਾਂ ਸਾਰਿਆਂ ਦੇ ਸੱਭਿਆਚਾਰਕ ਪ੍ਰੋਗਰਾਮ ਕਰਾਏ ਜਾਣੇ ਉੱਥੇ ਸ਼ਰਾਬਾਂ ਚੱਲਣੀਆਂ ਉੱਥੇ ਨੱਚਣਾ ਟੱਪਣਾ ਸਾਜਿਸ਼ ਇਹ ਸੀ ਵੀ ਪੰਜਾਬ ਨੂੰ ਹੁਣ ਕਲਚਰ ਦੇ ਨਾਂ 'ਤੇ ਨੱਚਣ ਟੱਪਣ ਅਤੇ ਆ ਸ਼ਰਾਬਾਂ ਵਾਲੇ ਦੌਰ ਵਾਲੇ ਪਾਸੇ ਲਾਇਆ ਜਾਵੇ ਫਿਰ ਹੌਲੀ ਹੌਲੀ ਇਹ ਇੱਕ ਮਾਰਕੀਟ ਕ੍ਰੀਏਟ ਕਰਤੀ ਇੱਕ ਨੈਰੇਟਿਵ ਕ੍ਰੀਏਟ ਕਰਤਾ ਕਿਉਂਕਿ ਉਸ ਨੈਰੇਟਿਵ ਦੇ ਅਧੀਨ ਇਹਨਾਂ ਨੇ ਹਿੰਦੀ ਫਿਲਮ ਇੰਡਸਟਰੀ ਦੇ ਜਿਹੜੇ ਕੁਛ ਐਕਟਰ ਪੰਜਾਬ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਵੀ ਬੁਲਾਉਣਾ ਉਹਨਾਂ ਨੂੰ ਸਨਮਾਨਿਤ ਕਰਨਾ ਉੱਥੇ ਕਹਿ ਕੇ ਵੀ ਫਲਾਨਾ ਪੰਜਾਬ ਦੀ ਸ਼ਾਨ ਆ ਫਲਾਨਾ ਅਵਾਰਡ ਯਸ਼ ਚੋਪੜਾ ਨੂੰ ਚਲਾ ਗਿਆ ਫਲਾਨਾ ਅਵਾਰਡ ਜੀ ਆ ਜਤਿੰਦਰ ਨੂੰ ਚਲਾ ਗਿਆ ਫਲਾਨਾ ਧਰਮਿੰਦਰ ਨੂੰ ਚਲਾ ਗਿਆ ਫਲਾਨਾ ਫਲਾਨੇ ਨੂੰ ਚਲਾ ਗਿਆ ਸੋ ਉਹ ਨਵੇਂ ਨਵੇਂ ਜਿਹੜੇ ਇਹਨਾਂ ਨੇ ਉਹਨਾਂ ਨੂੰ ਕਹਿ ਲਓ ਤਗਮੇ ਦਿੱਤੇ ਅਤੇ ਮੈਡਲ ਦਿੱਤੇ ਅਤੇ ਉਹ ਸਾਰੇ ਜਿਹੜੇ ਹਿੰਦੀ ਫਿਲਮ ਵਿੱਚ ਵੱਸਦੇ ਮੇਰੇ ਖਿਆਲ 'ਚ